स्वागत है किसान वीरो तुहाडा यूट्यूब चैनल सिद्ध कडेरी फार्मिंग दे विच। किसान वीरो अज जिहड़ी तुहानू वीडियो बना के दिखा रहे हैं ये पिंड बौडे नाल ही नंगल पिंड भी रह जांदा दोस्तों। ये बौडे नंगल दे नाम नाल ये पिंडां नू जाणिया जांदा। मोगे जिले का पिंड है, तहसील निहाल सिंह वाला, मोगे तो बरनाला मेन रोड दे उत्ते दोस्तों ओवर ब्रिज बाई होरां दे पिंड विच दी लंघिया। इत्थों ओवर ब्रिज बनिया होया इत्थे दोस्तों ये वीर शौक नाल पशु पालन का काम करता है ते नाल प्रैक्टिस जिहड़ी शुरू कीती है AI दी। सो इस वीर कोल अज एक झोटी विकाऊ है, पहला भी एक झोटी बहुत चंगी बाई कोल आई सी, बाकी पशु देख के तुहानू अंदाजा हो गया होगा। सामने झोटी देख सकते हो भी बहुत चंगी, चंगे ब्लड लाइन चो चंगे दुध वाली मझ दी धी है ते इधर मझ भी चंगे दुध वाली वीर ने रखी है ते एक झोटी विकाऊ है। सो वीडियो नू दोस्तों एंड तक देख लियो क्योंकि प्रोपर रिकॉर्ड वाली झोटी है ते मगर जिहड़ा बच्चा जदों बाई नाम दसूगा बहुत वीर पसंद करनगे क्योंकि चंगे सान दी धी है। आओ बाई नाल गलबात करते हैं। ਬਾਈ ਸਤਿ ਸ਼੍ਰੀ ਅਕਾਲ। ਨਾਮ ਦੱਸੀ ਵੀਰ ਆਪਦਾ? ਮੇਰਾ ਨਾਮ ਵੀ ਹਰਿੰਦਰਪਾਲ। ਹਰਿੰਦਰਪਾਲ, ਠੀਕ ਹੈ। ਹਰਿੰਦਰ ਬਾਈ, ਵੈਸੇ ਆਪਾਂ ਸ਼ੌਂਕ ਨਾਲ ਪਸ਼ੂ ਜਿਹੜੇ ਉਹ ਰੱਖਦੇ ਹਾਂ ਘਰ ਦੇ ਵਿੱਚ, ਹੈ ਨਾ? ਹਾਂ ਬਾਈ, ਸ਼ੌਂਕ ਨਾਲ। ਠੀਕ ਹੈ। ਅੱਛਾ, ਇਹ ਜਿਹੜੀ ਝੋਟੀ ਆਪਾਂ ਵੇਚਣੀ ਹੈ ਘਰ ਦੀ ਆਪਣੇ ਜਾਂ ਖਰੀਦੀ ਸੀ? ਨਹੀਂ ਬਾਈ, ਘਰ ਦੀ ਹੈ। ਠੀਕ ਹੈ। ਕਿਹੜੇ ਸਾਨ ਦਿੱਤੀ ਹੈ? ਇਹ ਆਪ M29 ਦੀ ਆ। M29 ਦੀ ਅੱਗੇ ਕੱਟੀ ਦਿੱਤੀ ਆ ਲਕਸ਼ਮੀ ਵਾਲੀ ਕੋਈ ਨੂਰ। ਅੱਛਾ, ਇਹ ਕੋਹੇ ਨੂਰ ਦੀ, ਠੀਕ ਹੈ। ਇਹ ਸੀਮਨ ਫਿਰ ਆਪਣੇ ਕੋਲ ਤੁਸੀਂ ਪ੍ਰੈਕਟਿਸ ਕਰਦੇ ਹੋ ਫਿਰ ਆਪਣੇ ਕੋਲ ਹੁੰਦਾ ਅਵੇਲੇਬਲ ਹੁੰਦਾ? ਉਦੋਂ ਨਹੀਂ ਸੀ, ਹੁਣ ਤਾਂ ਹੁੰਦਾ ਮੇਰੇ ਕੋਲ, ਉਦੋਂ ਨਹੀਂ ਸੀ। ਅੱਛਾ, ਉਦੋਂ ਨਹੀਂ ਹੁੰਦਾ ਸੀਗਾ, ਉਦੋਂ ਵੈਸੇ ਟੀਕੇ ਭਰਾਇਆ ਸੀ, ਠੀਕ ਹੈ। ਕਿਹੜੀ ਮੱਝ ਦੀ ਹੈਗੀ ਇਹਦੀ ਮਾਂ ਆਪਣੇ ਕੋਲ ਜਾਂ ਵੇਚੀ? ਨਹੀਂ, ਮੱਝ ਵੇਚਦੀ ਬਾਈ ਮੈਂ। ਮੱਝ ਵੇਚਦੀ ਸੀ, ਠੀਕ ਹੈ। ਕਿੰਨਾ ਚਿਰ ਹੋਇਆ ਇਹਨੂੰ ਸੂਈ ਨੂੰ? ਇਹਨੂੰ ਅੱਜ ਸਵੇਰ ਸੂਈ ਆ। ਅੱਜ ਸਵੇਰ ਹੀ ਸੂਈ ਹੈ, ਠੀਕ ਹੈ। ਜੇਰ ਪੈ ਗਈ ਸਹੀ? ਜੇਰ ਪੈ ਗਈ, ਵਧੀਆ ਬਾਈ, ਵਧੀਆ। ਠੀਕ ਹੈ। ਤੇ ਦੁੱਧ ਪਿਆ ਤਾਂ ਕੱਟੀ ਨੂੰ ਕੁਛ? ਹਾਂ, ਕੱਟੀ ਨੇ ਆਪ ਪੀਤਾ, ਕੋਈ ਔਲ ਨਹੀਂ ਕੀਤੀ ਇਹਨੇ ਕੰਮ ਦੀ, ਠੀਕ ਹੈ। ਤੇ ਧਾਰਾਂ ਕਿਵੇਂ ਨਿਕਲੀਆਂ ਚਵਾਈ ਦੀ? ਜਿਹੜਾ ਬਾਈ ਆ ਕੇ ਚੋਗੂ ਦਾ ਮਨ ਖੁਸ਼ ਹੋ ਕੇ ਉੱਠੂਗਾ, ਐ ਨਹੀਂ ਵੀ ਨਰਾਜ਼ ਹੋ ਜਾਊਗਾ। ਅੱਛਾ, ਤੇ ਕੀ ਰੇਟ ਰੱਖਿਆ ਦਾ? 1.5 ਲੱਖ ਰੁਪਏ ਦੀ ਬਾਈ। 1,25,000। ਦੰਦੋਂ ਕਿਵੇਂ ਵੀਰੇ? ਦੰਦੋਂ 2 ਆ ਬਾਈ, 2 ਦੰਦ, ਠੀਕ ਹੈ। ਦੋਸਤੋ, 2 ਦੰਦ ਝੋਟੀ ਸਵੇਰ ਹੀ ਸੂਈ ਹੈ। ਤੇ ਬਾਈ ਦੱਸਦਾ ਵੀ ਚਵਾਈ ਵਾਲੇ ਪੱਖ ਤੋਂ ਜਿਹੜਾ ਵੀਰ ਚੋਊਗਾ ਮਨ ਉਹਦਾ ਖੁਸ਼ ਹੋਊਗਾ, ਇਹ ਨਹੀਂ ਗੱਲ ਵੀ ਉਹਨੂੰ ਕਿਸੇ ਗੱਲੋਂ ਨਿਰਾਸ਼ਾ ਹੋਊਗੀ। M29 ਸਾਨ ਦੀ ਧੀ ਹੈ ਤੇ ਪਿੱਛੇ ਜਿਹੜਾ ਬੱਚਾ ਕੋਹੇ ਨੂਰ ਦੀ ਕੱਟੀ, ਲਕਸ਼ਮੀ ਡੇਅਰੀ ਫਾਰਮ ਦਾ ਕੋਹੇ ਨੂਰ ਸਾਨ ਹੈ ਉਹਦੀ ਕੱਟੀ ਹੈ ਇਹਦੀ। ਦੋਸਤੋ, ਜੋ ਬਣਤਰ ਝੋਟੀ ਦੀ ਦੇਖੋਗੇ ਤੇ M29 ਸਾਨ ਦੀ ਤੁਸੀਂ ਵੀਡੀਓ ਦੇਖ ਲਓਗੇ ਤੁਹਾਨੂੰ ਭੁਲੇਖਾ ਪਊਗਾ ਜਿਵੇਂ ਉਹੀ ਖੜਾ ਹੁੰਦਾ ਇਹਨੂੰ, ਇਹਦੀ ਖੜਨੀ ਸਾਰਾ ਕੁਝ ਜੇ ਤੁਸੀਂ ਦੇਖਣਾ ਹੋਵੇ ਝੋਟੀ ਦੀ ਏਡੀ ਸੋਹਣੀ ਹੈ। ਇਹ ਕੱਟੀ ਕੋਹੇ ਨੂਰ ਸਾਨ ਦੀ ਲਕਸ਼ਮੀ ਡੇਅਰੀ ਫਾਰਮ ਦਾ ਕੋਹੇ ਨੂਰ ਆ ਜਿਹੜਾ ਉਹਦੀ ਦੋਸਤੋ ਧੀ ਹੈ, ਰਿਕਾਰਡ ਵਾਲੀ ਝੋਟੀ ਹੈ ਤੇ ਰਿਕਾਰਡ ਵਾਲੀ ਦੋਸਤੋ ਮਗਰ ਧੀ ਹੈ। ਜੈੱਡ ਬਲੈਕ ਪੂਛ ਆ, ਪੂਛ 'ਚ ਹੇਠੋਂ ਵਾਲ ਜਿਹੜੇ ਆ 2-4 ਜ਼ਰੂਰ ਦਿਸਦੇ ਆ, ਵਾਈਟ ਆ, ਬਾਕੀ ਕਾਲੀ ਪੂਛ ਆ। ਖੋਲ੍ਹ ਕੇ ਤੋਰ ਪਈ ਆ, ਤੋਰ ਕੇ ਦੋਸਤੋ ਤੁਹਾਨੂੰ ਦਿਖਾਵਾਂਗੇ M29 ਸਾਨ ਦੀ ਵੀਡੀਓ। ਦੋਸਤੋ, ਹਿਸਾਰ ਬੋਵੇਨ ਜਿਹੜਾ ਸੁਪਰ ਸੀਮਨ ਸੈਂਟਰ ਬਣਿਆ ਹੋਇਆ ਉਹਨਾਂ ਨੇ ਵੀਡੀਓ ਬਣਾਈ ਸੀ, ਤੁਸੀਂ ਜ਼ਰੂਰ ਮੈਚ ਕਰਿਓ ਜੇ ਮੈਨੂੰ ਲੱਗਦਾ ਵੀ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਵੀ ਜਿਵੇਂ ਉਸੇ ਸਾਨ ਦੀ ਧੀ ਅਤੇ ਉਹਦੇ ਵਰਗੀ ਬਣਤਰ ਹੁੰਦੀ ਹੈ। ਸੋ ਬਾਕੀ ਦੋਸਤੋ, ਸੋਹਣਾ ਥਣ ਖਵਾਨਾ ਕੱਢਿਆ ਝੋਟੀ ਨੇ, ਹਜੇ ਨੇ ਦੋਸਤੋ 1 ਮਹੀਨਾ ਦੁੱਧ ਜਦੋਂ ਪੂਰਾ ਪੀਕ ਲੈਵਲ 'ਤੇ ਆਉਣਾ ਉਦੋਂ ਖਵਾਨਾ ਭਰਨਾ। 1,25,000 ਡਿਮਾਂਡ ਹੈ। ਬਾ ਮੋੜ ਲਾ ਬਾਈ ਹਰਿੰਦਰ, 2 ਦੰਦ ਝੋਟੀ ਦੋਸਤੋ ਛੋਟੀ ਉਮਰ ਦੇ ਵਿੱਚ ਹੀ ਸੂਈ ਹੈ ਅਤੇ ਚੰਗੇ ਸੀਮਨ ਦੀ ਅਤੇ ਚੰਗੀ ਝੋਟੀ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਹੈ ਕਾਲ ਤੁਸੀਂ ਕਰ ਸਕਦੇ ਹੋ। ਇਹ ਦੋਸਤੋ ਕੋਹੇ ਨੂਰ ਦੀ ਧੀ ਨਾਲ ਜਿਹੜੀ ਉਹ ਭੱਜਦੀ ਹੈ। ਬਾਕੀ ਥਣ ਦਾ ਸਹਿਜ ਤੁਸੀਂ ਦੇਖ ਸਕਦੇ ਹੋ, ਬਿੱਥੀ ਚੰਗੀ ਆਈ ਹੈ, ਸਾਰੀਆਂ ਗੱਲਾਂ ਦੋਸਤੋ ਪਰਫੈਕਟ ਹੈ, ਚੰਗੀ ਝੋਟੀ ਹੈ। ਪਸੰਦ ਤੁਸੀਂ ਕਰਨੀ ਹੈ ਪੈਸੇ ਦੇ ਹਿਸਾਬ 'ਤੇ, ਬਾਕੀ ਕੋਈ ਵੀ ਵੀਰ ਖਰੀਦਣੀ ਚਾਹੂਗਾ ਤਾਂ ਆ ਕੇ ਤਸੱਲੀ ਤੁਸੀਂ ਕਰ ਸਕਦੇ ਹੋ। ਥਣ ਹਵਾਨੇ ਦੀ ਪੂਰੀ ਸਾਫ਼ ਝੋਟੀ ਨਿਕਲੀ ਹੈ। ਸੋ ਧੰਨਵਾਦ ਵੀਡੀਓ ਦੇਖਣ ਵਾਸਤੇ। ਇਹ ਝੋਟੀ ਦੋਸਤੋ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ।